ਬਿਸਮਿਲ੍ਲਾਹਿ ਰਹਿਮਾਨ ਰਹੀਮ। ਆਓ ਡੀਸੀ ਮੋਟਰ ਬਣਾ ਕੇ ਵੇਖੀਏ। ਇਹਦੇ ਵਾਸਤੇ ਦੋ ਮਕਨਾਤੀਸ, ਇੱਕ ਸੈੱਲ, ਇੱਕ ਕੈਂਚੀ, ਦੋ ਬਸਕੂਏ, ਦੋ ਰਬੜ ਬੈਂਡ, ਇੱਕ ਤਾਰ ਦਾ ਲੱਛਾ 1.5 ਮੀਟਰ ਅਤੇ ਇੱਕ ਕਟਰ। ਸਾਰਿਆਂ ਤੋਂ ਪਹਿਲੇ ਇੱਕ ਸੈੱਲ ਲੈ ਕੇ ਉਹਦੇ ਉੱਤੇ 1.5 ਮੀਟਰ ਤਾਰ ਦੇ ਲਪੇਟੇ ਮਾਰੋ। ਇਹ ਤਕਰੀਬਨ 10-12 ਲਪੇਟੇ ਹੋ ਜਾਣਗੇ ਅਤੇ ਇਹਨੂੰ ਬਾਹਰ ਕੱਢ ਲਓ। ਇੱਕ ਲੱਛੇ ਦੀ ਸ਼ਕਲ ਸਾਡੇ ਕੋਲ ਆ ਜਾਏਗੀ। ਇਹਦੇ ਇੱਕ ਪਾਸੇ ਤਾਰ ਬਾਹਰ ਨਿਕਲੀ ਆ, ਉਹਦੀ ਗੰਢ ਦੇ ਕੇ ਬਾਕੀ ਤਾਰ ਬਾਹਰ ਖਿੱਚ ਲਓ। ਅਤੇ ਇੱਦਾਂ ਹੀ ਦੂਸਰੇ ਪਾਸੇ ਬਿਲਕੁਲ ਸਾਹਮਣੇ ਗੰਢ ਦੇ ਕੇ ਅਤੇ ਬਾਕੀ ਤਾਰ ਬਾਹਰ ਖਿੱਚ ਲਓ। ਇਹ ਗੰਢਾਂ ਬਿਲਕੁਲ ਸਾਹਮਣੇ ਹੋਣੀਆਂ ਚਾਹੀਦੀਆਂ ਤਾਂ ਕਿ ਇਹ ਇੱਕ ਤਵਾਜ਼ਨ ਦੀ ਹਾਲਤ 'ਚ ਰਹਿ ਜਾਏ, ਵਜ਼ਨ ਬਰਾਬਰ ਦੋਵਾਂ ਪਾਸੇ। 3 ਸੈਂਟੀਮੀਟਰ ਛੱਡ ਕੇ ਇਜ਼ਾਫੀ ਤਾਰ ਕੱਟ ਦਿਓ। ਇਹ ਸਾਡਾ ਮਤਲੂਬਾ ਲੱਛਾ ਬਣ ਗਿਆ ਅਤੇ ਤਾਰ ਨੂੰ ਇੱਕ ਪਾਸਿਓਂ ਤਿੰਨਾਂ ਤਰਫਾਂ ਤੋਂ ਛਿੱਲ ਦਿਓ ਤਾਂ ਕਿ ਉੱਤੇ ਜਿਹੜਾ ਮਲੁੰਮਾ ਲੱਗਿਆ ਵਾ ਉਹ ਲੈ ਜੇ। ਦੂਸਰੇ ਪਾਸੇ ਤਾਰ ਨੂੰ ਚੌਂ ਪਾਸੇ ਛਿੱਲ ਦਿਓ ਚੰਗੀ ਤਰ੍ਹਾਂ ਤਾਂ ਕਿ ਵਿੱਚੋਂ ਤਾਂਬਾ ਨਿਕਲ ਆਏ, ਖਾਲਿਸ ਤਾਂਬਾ। ਲਓ ਜੀ, ਇਹ ਸਾਡਾ ਲੱਛਾ ਤਿਆਰ, ਕੁੰਡਲੀ ਤਿਆਰ। ਇੱਕ ਪਾਸੇ ਤਿੰਨੋਂ ਪਾਸੇ ਛਿੱਲਿਆ, ਦੂਜੇ ਪਾਸੇ ਅਸਾਂ ਚੌਂ ਪਾਸਿਓਂ ਚੰਗੀ ਤਰ੍ਹਾਂ ਛਿੱਲਿਆ ਤਾਰ ਨੂੰ। ਇੱਕ ਸੈੱਲ ਲੈ ਕੇ ਲੰਬਾਈ 'ਤੇ ਰੁੱਖ ਇੱਕ ਰਬੜ ਬੈਂਡ ਚੜਾ ਦਿਓ ਇਹਦੇ ਉੱਤੇ, ਜਿਹੜਾ ਸਾਈਕਲ ਦੀ ਪੁਰਾਣੀ ਟਿਊਬ ਵਗੈਰਾ ਨਾਲੋਂ ਕੱਟਿਆ, ਅਤੇ ਦੂਸਰੇ ਪਾਸਿਓਂ ਇਹਨੂੰ ਚੌੜਾਈ ਦੇ ਰੁੱਖ ਗੋਲ ਤਰੀਕੇ ਨਾਲ ਚੜਾ ਦਿਓ। ਦਰਮਿਆਨ 'ਚ ਛੱਲਾ ਮਕਨਾਤੀਸ ਰੱਖ ਦਿਓ, ਕੱਸ ਕੇ ਟਿਊਬ ਨੂੰ ਲਾ ਦਿਓ ਉੱਤੇ। ਅਤੇ ਇਹ ਦੋ ਬਸਕੂਏ ਆ, ਇਹ ਸੈੱਲ ਦੇ ਦੋਵਾਂ ਪਾਸੇ ਲਾ ਦਿਓ ਜਿੱਥੇ ਕਨੈਕਸ਼ਨ ਲੱਗੇ ਆ, ਚੰਗੀ ਤਰ੍ਹਾਂ ਫਸਾ ਦਿਓ। ਇਹ ਸਾਡਾ ਸਰਕਟ ਹੈ। ਹੁਣ ਇਸ ਕੁੰਡਲੀ ਦੀ ਇੱਕ ਤਾਰ ਬਸਕੂਏ ਦੀ ਇੱਕ ਮੋਰੀ 'ਚ ਅਤੇ ਦੂਸਰੀ ਤਾਰ ਬਸਕੂਏ ਦੀ ਦੂਸਰੀ ਮੋਰੀ 'ਚ ਫਸਾ ਦਿਓ ਅਤੇ ਇਹ ਘੁੰਮਣਾ ਸ਼ੁਰੂ ਹੋ ਜਾਏਗਾ। ਇਹ ਮਕਨਾਤੀਸ ਉੱਤੇ ਲੈ ਕੇ ਆਏ ਅਤੇ ਹੋਰ ਤੇਜ਼ੀ ਨਾਲ ਘੁੰਮੇਗਾ। ਇਹਦੀ ਵਜ੍ਹਾ ਕਿ ਮੁਖਾਲਿਫ ਕੁਤਬ ਇੱਕ ਦੂਸਰੇ ਵਾਲੇ ਪਾਸੇ ਆ, ਐਨ ਅਤੇ ਐੱਸ ਥੱਲੇ ਵਾਲੇ ਵੀ ਇੱਕ ਮਕਨਾਤੀਸ ਹੀ ਆ, ਅਤੇ ਉੱਤੇ ਵਾਲਾ ਮਕਨਾਤੀਸ ਜਦੋਂ ਮੁਖਾਲਿਫ ਹੋਣਗੇ ਤੇਜ਼ ਘੁੰਮੇਗਾ, ਜਦੋਂ ਇੱਕੋ ਜੈਸੇ ਹੋਣਗੇ ਉਦੋਂ ਹੌਲੀ ਹੋ ਜਾਏਗਾ। ਇਹ ਸ਼ਕਲ ਬਦਲ ਦਿੱਤੀ ਆਪਾਂ ਇਸ ਕੁੰਡਲੀ ਦੀ, ਲੱਛੇ ਦੀ। ਇਹ ਲਾਇਆ ਅਤੇ ਇਹ ਵੀ ਜ਼ਬਰਦਸਤ ਤਰੀਕੇ ਨਾਲ ਘੁੰਮੇਗਾ। ਇਹਦੇ ਨਾਲ ਆਪਾਂ ਕਈ ਤਜੁਰਬੇ ਕਰ ਸਕਦੇ ਹਾਂ। ਇਹ ਚੌਰਸ ਸ਼ਕਲ ਆ ਕੁੰਡਲੀ ਦੀ, ਇਹ ਲਾ ਦਿੱਤੀ ਅਤੇ ਇਹ ਵੀ ਬੜੇ ਸੋਹਣੇ ਤਰੀਕੇ ਨਾਲ ਘੁੰਮੇਗੀ। ਜੋ ਆਖੋ ਸਾਇੰਸ ਸਿਰਫ ਸਾਇੰਸ ਨਹੀਂ ਹੈ, ਫਨ ਵੀ ਹੈ ਅਤੇ ਮਜ਼ਾ ਵੀ ਹੈ।